অল্প বিরাম কি আর শুকরে ভাও আল্লাহ দা শুকরে আল্লাহ আচ্ছা ওন জড়ি আই কি মাঞ্জি আই হই এ কি করছি করি ਸਰੀਲ ਹੋਏ ਖਲੋਤੇ ਆ ਬਾਵਾ ਹੁਣ ਦਾ ਪਤਾ ਹੈ ਬਈ ਆ ਕੀ ਆਟਾ ਅੱਜ ਲੱਭਦਾ ਹੈ ਤੇ ਘਰ ਨੂੰ ਉਹ 50 ਰੁਪਏ ਮੰਗੋ ਆ ਖਲੋ ਹੁਣ ਮੇਰਾ ਵਿਰਾ ਗੱਲ ਸੁਣੇ ਨਾ ਮੈਂ ਸੁਬਾਨ ਆ ਗਿਆ ਹੁਣ ਸ਼ਹਿਰ ਮੈਂ ਆਟਾ ਲਾਇਆ ਵਾ ਤੇ ਕੋਈ ਸਰਕਾਰ ਸਾਡਾ ਸਿੱਧਾ ਹੋਇਆ ਸੀ ਗਰੀਬ ਬੰਦੇ ਆ ਉੱਤੋਂ ਅਸੀਂ ਆ ਵੇਖ ਲੋ ਸਾਡੇ ਹੱਥ ਸ਼ਾਹਕਾਰ ਪੱਠਿਆਂ ਦੇ ਕੰਮ ਕਰਨੇ ਆ ਸੱਜੀ ਵਾਲੇ ਬੰਦੇ ਠੀਕ ਹੈ ਸੁਬਾਨ ਆ ਗਿਆ ਸ਼ਹਿਰ ਆਟਾ ਲਾਵੇ ਮੈਂ ਕਿਹਾ ਚਲੋ ਆਟਾ ਲਾਇਆ ਵਾ चलो 600-650 रुपए की थैली है जो मैं उठे अपने पाओ तो लाइन ही बड़ी लंबी है पिछा एंड ते जाके खलोता ते जो मेरी वारी आई तू तो आटा ही शामी बंदा जावे आटा लावे तू मंगाई है इतनी है कौन बारा दा किवें डेट 120 रुपए तो किलो में पे बंदा की कमाई करे फिर जड़िया साड़ियां रन्ना ओ आंदियां जी तुसी बाहर उड़ा के आ जा ਉਹਨਾਂ ਨੂੰ ਇਹ ਤਾਂ ਨਹੀਂ ਪਤਾ ਵੀ ਇਹ ਕਿਵੇਂ ਜਾਂਦੇ ਨੇ ਤੇ ਕਿਵੇਂ ਕਮਾਈਂਦੇ ਨੇ ਸਾਡੀਆਂ ਫਨਾਈਆਂ ਹੋ ਜਾਂਦੀਆਂ ਕਮਾਈ ਕਰ ਕਰ ਕੇ ਹੱਥੀ ਪੱਲੀ ਸਾਡੇ ਸ਼ਾਇਕਾ ਇਹ ਪਤਾ ਹੀ ਹੈ ਕਿ ਇਮਰਾਨ ਖਾਨ ਹੁਕਮਰਾਨ ਜੋ ਵੀ ਹੈ ਸ਼ਬਾਜ਼ ਸ਼ਰੀਫ ਹੋ ਗਿਆ ਇਮਰਾਨ ਖਾਨ ਹੋ ਗਿਆ ਸ਼ਬਾਜ਼ ਸ਼ਰੀਫ ਜੋ ਵੀ ਹੈ ਲੇਕਿਨ ਇਹ ਗਰੀਬਾਂ ਦੇ ਹੱਕ ਕੇ ਚੱਛੇ ਨਹੀਂ ਬਿਲਕੁਲ ਅੱਛਾ ਮੇਰਾ ਤੇ ਇਹ ਕਹਿਣਾ ਵੀ ਨਾ ਹੈ ਆ ਜ਼ਮੀਨ ਦਾ ਟੁਕੜਾ ਹੈ ਨਾ ਇਹ ਵਿੱਚ ਜਿਵੇਂ अज ओ प्राइवेट ग्यो 650-650 ਹੋਇਆ ਖਲੋਤਾ ਮੀਆਂ ਚੀਨੀ 100 ਰੁਪਏ ਕਿਲੋ ਹੋ ਗਈ ਹੈ ਜਿਹੜੀ ਉਹ 50 ਰੁਪਏ ਦੀ ਪੱਤੀ ਦਿੰਦੀ ਹੈ ਨਾ ਉਹ 10 ਰੁਪਏ ਦੀ ਮਿਲਦਾ ਪਿਆ ਪੱਤਾ ਉਹ ਨਾਲੇ ਫਿਰ ਆ ਇੱਕ ਗੱਲ ਹੋਰ ਮੈਂ ਸੁਣੀ ਹੈ ਆ ਜਿਹੜੇ 81 ਕੱਤੇ ਤਾਂ ਕਿ ਮੈਸੇਜ ਕਰੋ ਤੇ ਆਵਾਂ ਉਹਨਾਂ ਪੈਸੇ ਲੱਭਦੇ ਹਾਂ ਹਾਂਜੀ ਲਾਈ ਆ ਕਿ ਕਿਦਾਂ ਇਮਰਾਨ ਖਾਨ ਸਕੇ ਹਾਂ 81 ਕੱਤੇ ਤੇ ਉਹ ਢਿੰਦੇ ਕਿਦੇ ਪੈਣ ਉਹ ਮੇਰੀ ਗੱਲ ਤਾਂ ਸੁਣ ਲੈ ਉਹ ਭਾਈ ਜਾਨ ਇਸ ਤਰ੍ਹਾਂ ਹੈ ਨਾ ਅਗਰ ਉਹਨੂੰ ਐਡਾ ਹੀ ਸ਼ੌਕ ਹੈ ਗਰੀਬ ਆਵਾਮ ਦੀ ਮਦਦ ਕਰਾਂ ਦਾ ਤੋ ਬਣਾਵੇ ਆਈ ਟੀਮ ਹਾਂ ਠੀਕ ਹੈ ਫਿਰ ਉਹ ਟੀਮ ਸਾਰੀ ਇੱਕ ਇੱਕ ਘਾਰੇ ਜਾ ਕੇ ਪੈਸੇ ਦੇ ਹਾਂਜੀ ਠੀਕ ਹੈ ਉਸ ਤਰ੍ਹਾਂ ਫਿਰ ਬੰਦੇ ਨੂੰ ਪਤਾ ਲੱਗਿਆ ਵੀ ਇਹ ਪੈਸਾ ਗਰੀਬ ਆਵਾਮ ਨੂੰ ਮਿਲ ਰਿਹਾ ਹੈ ਉਸ ਤਰ੍ਹਾਂ ਉਸ ਇਹ ਲਿਖੀ ਹੈ ਨਾ ਗੱਲ ਬਈ ਇੱਕ ਬੰਦਾ ਹੈ ਨਾ ਇੱਕ ਘਾਰੇ ਜੇ ਉਹਨੂੰ ਹਿੱਕਣ ਦੀ ਸੀ ਬਾਕੀ ਬਾਹ ਵਖਰੇ ਨੂੰ ਮਰਨ ਪੈ ਨਹੀਂ ਨਹੀਂ ਇੱਕ ਗੱਲ ਹੋਰ ਵੀ ਹੈ ਅਗਰ ਹੁਣ ਉਸੇ ਮੈਸੇਜ ਕਰ ਦਿਓ ਕੰਪਨੀ ਵਾਲੇ ਤਾਂ ਉਦਾਤ ਹੈ ਨਹੀਂ ਜਾਂ ਕੋਈ ਨਜੂਮੀ ਦੇ ਬੱਚੇ ਤਾਂ ਹੈ ਨਹੀਂ ਉਹਨਾਂ ਨੂੰ ਕੀ ਪਤਾ ਵੀ ਗਰੀਬ ਦਾ ਮੈਸੇਜ ਆਇਆ ਕਿ ਅਮੀਰ ਦਾ ਹਾਂਜੀ ਉੱਥੇ ਉਹਨਾਂ ਆਖ ਲਾ ਜੀ ਤੁਹਾਡਾ ਜਵਾਬ ਮਸੂਲ ਹੋ ਗਿਆ ਠੀਕ ਹੈ ਬਾਅਦ ਵਿੱਚ ਉਹਨਾਂ ਜਾਣਨਾ ਭਾਵੇਂ ਕੋਈ ਲੈਂਡ ਲਾਰਡ ਤੇ ਭਾਵੇਂ ਕੋਈ ਗਰੀਬ ਉੱਥੇ ਉਹਨਾਂ ਨੂੰ ਪੈਸੇ ਲੱਭਣੇ ਹੁਣ ਗਰੀਬ ਰਹਿ ਜਾ ਸੀ ਤਾਂ ਅਮੀਰ ਨੂੰ ਲੱਭ ਜਾ ਹਾਂਜੀ ਇਹ ਕੋਈ ਤਰੀਕਾ ਨਹੀਂ ਬਿਲਕੁਲ ਅਮੀਰ ਨੂੰ ਲੱਭ ਜਾਣਾ ਗਰੀਬ ਨੂੰ ਠੁੱਡੇ ਧੱਕੇ ਖਾ ਕੇ ਵਾਪਸ ਉਲਟਾ ਜਿਹੜਾ ਅਗਲਾ ਹੁੰਦਾ ਖਰਚੋ ਉਹ ਵੀ ਵਜਾ ਕੇ ਇੱਕ ਟੀਮ ਬਣੇ ਜਿਹੜੀ ਗਰੀਬ ਆਵਾਮ ਨੂੰ ਪੈਸੇ ਦੇਵੇ ਘਰ ਘਰੇ ਜਾ ਕੇ ਇਮਰਾਨ ਖਾਨ ਨੂੰ ਪਤਾ ਹੋਵੇ ਨਹੀਂ ਭਾਈ ਮੇਰੇ ਪੈਸੇ ਜ਼ਾਇਆ ਨਹੀਂ ਜਾ ਹਾਂਜੀ ਗਰੀਬ ਦੇ ਹੱਕ ਵਿੱਚ ਜਾ ਰਹੇ ਬੇਸ਼ੱਕ ਇਸ ਤਰ੍ਹਾਂ ਫਿਰ ਅਗਰ ਜੱਟਾ ਵੀ ਅਮੀਰ ਸੀ ਨਾ ਉਹ ਐਡਾ ਬਦਤਮੀਜ਼ ਤੇ ਜਾਂ ਕੋਈ ਬਾਤ ਚਲਾ ਨਾ ਉਸੀ ਭਈ ਉਹ ਆਪਦਾ ਵੀ ਪੱਕਾ ਮਕਾਨ ਛੱਡ ਕੇ ਤੇ ਕੱਚੀ ਕੁੱਲੀ ਜਾ ਕੇ ਬਸ ਸੇਫੀ ਦਾ ਆਦਾ ਦਿਖਾਉਂਦਾ ਐਡਾ ਪਾਗਲ ਹੋ ਵੀ ਨਾ ਉਸ ਇਸ ਤਰ੍ਹਾਂ ਹਰ ਬੰਦੇ ਦਾ ਦਾ ਲੱਗ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਗਰੀਬ ਹੋਏ ਭੁੱਖਾ ਮਰਦਾ ਬਿਲਕੁਲ ਇਹ ਗੱਲ ਭੁੱਖਾ ਮਰਦਾ ਵੋਟ ਦੇਵੀ ਤੇ ਦੇਵੀ ਕਿਹਨੂੰ ਜਿਹਨੂੰ ਦੇਵੀ ਉਹ ਖਾਂਦਾ ਕਾਸ਼ਤ ਤੇ ਵੋਟ ਤੇ ਪਾਸ਼ ਬਾਮਣੇ ਦੀ ਵੋਟ ਇਹ ਆ ਥੋੜੇ ਦੇ ਨਹੀਂ ਤਿੰਨ ਚਾਰ ਸਾਲ ਥੈ ਅੱਜ ਤੇ ਇਹ ਗਰੀਬ ਆਵਾਮ ਇਹਨਾਂ ਨੂੰ ਕੁੱਤੇ ਨਾ ਕੱਟੇ ਹੁਕਮਰਾਨ ਨੂੰ ਤੇ ਸਾਰਿਆਂ ਵੀਰਾਂ ਨੂੰ ਕਿਉਂ ਇਹ ਗਰੀਬ ਆਵਾਮ ਦਾ ਹੱਕ ਮਾਰ ਰਿਹਾ ਹੱਕ ਬਿਲਕੁਲ ਖੂਨ ਚੂਸ ਰਹੇ ਨੇ ਗਰੀਬਾਂ ਚੂਸ ਰਹੇ ਇਹਨਾਂ ਨੂੰ ਹੁਕਮਰਾਨਾਂ ਨੂੰ ਸ਼ਰਮ ਆਉਣੀ ਚਾਹੀਦੀ ਕਿਉਂ ਸਾਡੀ ਆਵਾਮ ਨੇ ਹੁੰਦੀ ਨਹੀਂ ਪਈ ਜਾਂਦੇ ਉਹਨਾਂ ਨੂੰ ਤਮੀਜ਼ ਆਉਣੀ ਚਾਹੀਦੀ ਸਾਡੀ ਆਵਾਮ ਬੈਣ ਜਾਂ ਵੀ ਚੜ੍ਹਨ ਆਪਦੀ ਜਿਸਮ ਨਾਲ ਕੋਈ ਆਪਦੇ ਬਾਲ ਖਾਰੇ ਕਿਵੇਂ ਪਾ ਰਹੇ ਹੈ ਉਹ ਤੇ ਚਲੋ ਆਪਦਾ ਸਾਰੀ ਜਾ ਰਿਹਾ
गरीब का क्यों हुए कौन सा हो जा हूं मैं कल ला जाना हां बेटा ते मैं कल ला जाना दिवे आ दी आओ फैमिली संभाली कला मैं पता मैं ना दे ना होवे तो मैं मार दिया जितनी कमा गया है ते गुरबत आई इस तरह हाल नहीं चलदी होती दिवे अपने हुक्मरान चला रहे ना इस तरह नहीं चलनी चाहिए भाई मेरे वीडियो देखो और लाइक करो सब्सक्राइब करो अगा शेयर करो ये मंगियाई थोड़ी जी जेड़ा ना कटा में टूर्नामेंट है असि गरीब बंदे हैं त्या नारे देख लो साडे हाथ जुड़े हुए ने कोई गरीब आवाम ते तरस खा लो तुम्हारी मेहरबानी ते साडी कोई मदद कर लो।